एसटी नंबर 1 न्यूज़ टीवी देख रहे सारे दर्शकों नु प्यार भरी सत श्री अकाल। तुसी देख रहे हो पीएसटी नंबर 1 न्यूज़ टीवी। पीएसटी नंबर 1 न्यूज़ चैनल ਦਾ ਆਪ ਜੀ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ, ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕੀਤੇ ਗਏ ਨੇ ਤੇ ਕਿਸਾਨ ਹੋਣ, ਮਜ਼ਦੂਰ ਹੋਣ, ਆੜ੍ਹਤੀ ਹੋਣ, ਹਰ ਵਰਗੇ ਦਾ ਜਿਹੜਾ ਵਾ ਆਪਣੇ ਆਪਣੇ ਤਰੀਕੇ ਨਾਲ ਵਿਰੋਧ ਜਿਤਾ ਰਿਹਾ ਵਾ। ਇਸੇ ਤਹਿਤ ਅੱਜ ਜਿਹੜੀ ਕਾਲ ਕੀਤੀ ਗਈ ਆ ਪੂਰਨ ਭਾਰਤ ਬੰਦ ਦੀ, ਤੇ ਤੁਸੀਂ ਵੇਖ ਸਕਦੇ ਹੋ ਪੂਰਨ ਸਮਰਥਨ ਜਿਹੜਾ ਵਾ, ਸੰਪੂਰਨ ਸਮਰਥਨ ਉਸ ਨੂੰ ਮਿਲ ਰਿਹਾ ਭਾਰਤ ਬੰਦ ਦੀ ਕਾਲ ਨੂੰ। ਤੇ ਇੱਥੋਂ ਦੀ ਜਥੇਬੰਦੀ ਇੱਕ ਅਜੋ ਤੁਹਾਨੂੰ ਮਿਲਾਉਂਦੇ ਹਾਂ ਤੇ ਇਹ ਜਿਹੜਾ ਸਮਰਥਨ ਦੇ ਰਹੇ ਨੇ ਪੂਰਨ ਭਾਰਤ ਬੰਦ ਦੀ ਕਾਲ ਨੂੰ। ਇਹ ਵੀਰ ਜੀ ਕਿਹੜੇ ਜਥੇਬੰਦੀ ਆ ਤੇ ਇਹ ਵੱਲੋਂ ਕਾਲ ਦਿੱਤੀ ਗਈ ਆ ਤੇ ਤੁਸੀਂ ਕਿਵੇਂ ਯੋਗਦਾਨ ਪਾ ਰਹੇ ਹੋ? ਇਹ ਵੀਰ ਜੀ ਸੰਯੁਕਤ ਰਾਸ਼ਟਰ ਮੋਰਚਾ ਜਿਹੜਾ, ਹਾਂਜੀ, ਉਹਨਾਂ ਵੱਲੋਂ ਕਾਲ ਦਿੱਤੀ ਗਈ ਕਿਸਾਨ ਜਥੇਬੰਦੀਆਂ ਵੱਲੋਂ। ਠੀਕ ਆ। ਤੇ ਸਾਡੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਖੋਖਰ ਫੌਜੀਆਂ, ਹਾਂਜੀ, ਗੋਦਰਪੁਰਾ, ਬੂਲੇਵਾਲ, ਬੁਧੋਵਾਲ, ਮੱਲੂ ਦੁਆਰਾ, 4-5 ਪਿੰਡ ਰਲ ਕੇ ਅਸੀਂ ਵੀ ਉਹਨਾਂ ਦੀ ਕਾਲ ਦੇ ਜਿਹੜਾ ਸਮਰਥਨ ਕਰਨ ਡੇ ਹਾਂ। ਅਤੇ ਜਿੱਦਾਂ ਉਹਨਾਂ ਨੇ ਕਿਹਾ ਸੀ ਵੀ ਕੋਈ ਰੋਡ ਜਾਮ ਨਹੀਂ ਕਰਨਾ, ਅਸੀਂ ਰੋਡ ਜਾਮ ਨਹੀਂ ਕਰਨਾ, ਸਿਰਫ ਅਸੀਂ ਟਰਾਲੀ ਟਰੈਕਟਰ ਰੈਲੀ ਕੱਢਣੀ ਆ। ਠੀਕ ਆ। ਅਤੇ ਬਟਾਲੇ ਤੱਕ, ਬਟਾਲਾ ਬਾਈਪਾਸ ਤੱਕ ਅਸੀਂ ਕੋਈ ਵੀ ਜਿਹੜੀ ਮਾਰਕੀਟ ਦੇ ਵਿੱਚ ਦੁਕਾਨ ਨਹੀਂ ਖੁੱਲ੍ਹਣ ਦੇਣੀ। ਇੱਥੋਂ ਵੀਰ ਜੀ ਤੁਸੀਂ ਜਿਹੜਾ ਇਹ ਚਾਲੇ ਪਾ ਕੇ ਕਾਫਲਾ ਕਿੱਧਰ ਦੀ ਜਾ ਕੇ ਅਤੇ ਕਿੱਥੇ ਜਾ ਕੇ ਇਹ ਰੁਕ ਲਾਏਗਾ? ਅਸੀਂ ਹੁਣ ਇੱਥੋਂ ਖੋਖਰ ਫੌਜੀਆਂ ਮੋੜ ਤੋਂ ਚੱਲੇ ਹਾਂ ਅਤੇ ਕੰਡਿਆਲ ਬਾਈਪਾਸ, ਬਟਾਲਾ ਬਾਈਪਾਸ ਤੋਂ ਆਪਾਂ ਵਾਪਸ ਮੁੜ ਕੇ ਅਤੇ ਫਿਰ ਇੱਥੋਂ ਦੀ ਹੁੰਦੇ ਹੋਏ ਆਪਾਂ ਨਸ਼ਹਿਰੇ, ਜਿੱਥੇ ਆਪਣਾ ਮੋਰਚਾ ਕਿਸਾਨ ਸੰਘਰਸ਼ ਕਮੇਟੀ ਦਾ ਮੋਰਚਾ ਵਾ, ਅਸੀਂ ਉੱਥੇ ਸ਼ਾਮਿਲ ਹੋਣਾ ਸਾਰਿਆਂ ਨੇ। ਅੱਛਾ, ਤੁਸੀਂ ਇਸ ਚੈਨਲ ਦੇ ਰਾਹੀਂ ਕੇਂਦਰ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਸਰਕਾਰ ਨੂੰ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਵੀ ਇਹ ਜਿਹੜੇ ਕਾਨੂੰਨ ਬਣਾਏ ਆ, ਜਦੋਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਿਹੜੇ ਆ ਜਾਂ ਮਜ਼ਦੂਰ ਆ ਜਾਂ ਕੁਛ ਵੀ ਦੁਕਾਨਦਾਰ ਆ ਜਾਂ ਆੜ੍ਹਤੀ ਆ, ਜਿਹੜੇ ਨਹੀਂ ਚਾਹੁੰਦੇ ਤਾਂ ਤੁਸੀਂ ਇਹਨੂੰ ਰੱਦ ਕਰੋ, ਖਤਮ ਕਰੋ ਇਹਦੀ ਕਹਾਣੀ। ਕਿਉਂ ਐਵੇਂ ਲੋਕਾਂ ਨੂੰ ਲੰਮਾ ਪਾਈ ਜਾਣੀ? ਜਿੰਨਾ ਲੰਮਾ ਪਾਓਗੇ ਉਨਾ ਵਧਣਾ ਹੀ ਆ, ਇਹ ਘਟਣਾ ਨਹੀਂ ਹੈਗਾ। ਬਿਲਕੁਲ, ਅਸੀਂ ਪੂਰਾ ਸਮਰਥਨ ਕਰਦੇ ਹਾਂ ਅਤੇ ਨਾਲ ਹੀ ਅਸੀਂ। ਬਿਲਕੁਲ ਜੀ, ਜਿੰਨਾ ਇਹ ਸਮਰਥਨ ਜਾਂ ਅੰਦੋਲਨ ਲੰਮਾ ਚੱਲੇਗਾ, ਸਰਕਾਰ ਦਾ ਹੀ ਨੁਕਸਾਨ ਇਹਦੇ ਵਿੱਚ ਹੋਵੇਗਾ। ਤੁਸੀਂ ਵੀਰ ਜੀ, ਸਰਕਾਰ ਕਹਿੰਦੀ ਆ ਵੀ ਇਹਦੇ ਵਿੱਚ ਸਿਰਫ ਪੰਜਾਬ ਦੇ ਜਾਂ ਕੁਛ ਹਰਿਆਣੇ ਦੇ ਕਿਸਾਨ ਹੀ ਬੈਠੇ ਨੇ, ਬਾਕੀ ਕਿਤੇ ਨਹੀਂ ਰੋਲ ਹੈਗਾ ਇਹਦਾ ਅੰਦੋਲਨ ਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਉਹਦੇ ਬਾਰੇ ਇਹੀ ਇਹੋ ਕਹਿਣਾ ਚਾਹੁੰਦੇ ਹਾਂ ਵੀ ਇਹ ਤਾਂ ਸਰਕਾਰ ਦੇ ਮਨ 'ਚ ਭੁਲੇਖਾ ਵਾ ਵੀ ਇਹ ਇਕੱਲੇ ਪੰਜਾਬ ਦਾ, ਹਰਿਆਣੇ ਦਾ ਹੀ ਹੈ, ਇਹ ਪੂਰੇ ਦੇਸ਼ ਦਾ ਅੰਦੋਲਨ ਆ, ਪੂਰਾ ਦੇਸ਼ ਇਹਦੇ ਨਾਲ ਸਹਿਮਤ ਆ, ਜਿੰਨੇ ਵੀ ਕਿਸਾਨ ਮਜ਼ਦੂਰ ਦੁਕਾਨਦਾਰ ਆੜ੍ਹਤੀਏ ਨੇ, ਰੇੜੀਆਂ ਵਾਲੇ, ਫੜੀਆਂ ਵਾਲੇ, ਉਹ ਸਾਰੇ ਇਹਦੇ ਨਾਲ ਨੇ, ਪੂਰਾ ਦੇਸ਼ ਹੀ ਨਾਲ ਹੈ। ਇਹ ਸਰਕਾਰ ਦਾ ਵਹਿਮ ਆ, ਇਹ ਠੀਕ ਆ ਵੀ ਕੋਈ ਇੱਕ ਆਵਾਜ਼ ਚੁੱਕਣ ਵਾਲਾ ਹੁੰਦਾ, ਪੰਜਾਬ ਸੂਬੇ ਨੇ ਆਵਾਜ਼ ਚੁੱਕੀ, ਹਰਿਆਣੇ ਨੇ ਸਾਥ ਦਿੱਤਾ, MP, UP, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕਾ, ਸਾਰੇ ਆ ਆਪਣੇ, ਰਾਜਸਥਾਨ ਵਗੈਰਾ ਸਾਰੇ ਨਾਲ ਨੇ, ਸਾਰਿਆਂ ਨੂੰ ਪਤਾ, ਇਹਨਾਂ ਨੂੰ ਪਤਾ ਹੀ ਆ, ਇਹਨਾਂ ਨੂੰ ਕਿਹੜਾ ਪਤਾ ਨਹੀਂ ਰਾਜਸਥਾਨ 'ਤੇ ਵੀ ਬੈਠੇ ਹੀ ਆ। Subscribe to my channel and also press this bell icon.